ਜੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਸਰਬਜੀਤ ਕੌਰ ਤੇ ਮੈਂ ਹਾਂ ਸਰਬਜੀਤ ਸਿੰਘ ਤੁਹਾਡਾ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਤੁਸੀਂ ਜਾਣਦੇ ਹੈਗੇ ਹੋ ਜਿੱਦਾਂ ਕਿ ਅਸੀਂ ਡਿਨਰ ਬਣਾਣਕ ਅਸੀਂ ਆਏ ਹੋਏ ਹੈਗੇ ਆ ਤੇ ਸਾਡਾ ਪਹਿਲਾ ਵਲੌਗ ਜਿਹੜਾ ਹੈਗਾ ਆ ਚੁੱਕਾ ਹੋਇਆ ਹੈਗਾ ਤੁਸੀਂ ਦੇਖ ਲਿਆ ਹੋਏਗਾ ਜੇ ਨਹੀਂ ਦੇਖਿਆਗਾ ਤੁਸੀਂ ਹੋਰ ਪਲੇਲਿਸਟ ਵਿੱਚ ਜਾ ਕੇ ਦੇ ਸਕਦੇ ਹੈਗੇ ਹੋ ਜਾਂ ਤੁਹਾਨੂੰ ਅਸੀਂ ਲਿੰਕ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਥੱਲੇ ਜਾ ਕੇ ਉੱਥੇ ਚੈੱਕ ਕਰਕੇ ਤੁਸੀਂ ਸਾਡੀ ਪਹਿਲਾ ਜਿਹੜਾ ਵਲੌਗ ਹੈ ਡਿਨਰ ਬਣਾਉਣ ਦਾ ਤੁਸੀਂ ਦੇਖ ਸਕਦੇ ਹੈਗੇ ਹੋ ਤੁਸੀਂ ਅਸੀਂ ਇਸ ਟਾਈਮ ਪਹੁੰਚ ਚੁੱਕੇ ਹੋਏ ਹੈਗੇ ਆ ਗੁਰਦੁਆਰਾ ਚੋਲਾ ਸਾਹਿਬ ਤੁਸੀਂ ਪਿੱਛੇ ਦੇਖ ਸਕਦੇ ਹੈਗੇ ਵੀ ਚੋਲਾ ਸੰਦਰਸ਼ਨ ਤੁਹਾਨੂੰ ਹੋ ਰਹੇ ਹੈਗੇ ਆ ਅੰਦਰ ਜਾ ਦੱਸਣ ਤੁਹਾਨੂੰ ਇਹਦਾ ਕੀ ਇਤਿਹਾਸ ਕੀ ਹੈਗਾ ਆ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਇਸ ਦੇ ਬਾਰੇ ਵੀ ਨਾਲੇ ਦੋਸਤੋ ਤੁਹਾਨੂੰ ਆਪਾਂ ਗੁਰੂ ਨਾਨਕ ਦੇਵ ਜੀ ਚੋਲਾ ਸਾਹਿਬ ਦਰਸ਼ਨ ਕਰਾਵਾਂਗੇ ਉਹਦੇ ਨਾਲ ਰੁਮਾਲ ਵੀ ਹੈਗੇ ਬੇਬੇ ਨਾਨਕ ਜੀ ਦੇ ਬੇਬੇ ਨਾਨਕ ਜੀ ਦੇ ਹੱਥੀ ਬੁਣੇ ਹੋਏ ਰੁਮਾਲ ਹੈਗੇ ਆ ਤੁਹਾਨੂੰ ਆਪਾਂ ਉਹ ਵੀ ਦਰਸ਼ਨ ਕਰਾਵਾਂਗੇ ਸਾਰਾ ਕੁਝ ਹੀ ਤੁਹਾਨੂੰ ਦੱਸਾਂਗੇ ਸਾਰਾ ਇਤਿਹਾਸ ਦੱਸਾਂਗੇ ਤੁਸੀਂ ਸਾਡੇ ਵੀਡੀਓ ਦੇ ਨਾਲ ਇੱਦਾਂ ਹੀ ਜੁੜੇ ਰਹਿਣਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲੈਣ ਦੋਸਤੋ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਹੋਰ ਵੀ ਵੀਡੀਓ ਇਸੇ ਤਰ੍ਹਾਂ ਦੀ ਆਪਾਂ ਲੈ ਕੇ ਆਇਆ ਕਰਾਂਗੇ ਆਪਾਂ ਹੁਣ ਜ਼ਿਆਦਾ ਦੇਰ ਨਾ ਲਾਉਂਦੇ ਹੋਏ ਵੀਡੀਓ ਕਰਦੇ ਆ ਸਟਾਰਟ ਆਪਾਂ ਚੱਲਦੇ ਆ ਹੁਣ ਅੰਦਰ ਜੀ ਦੋਸਤੋ ਅਸੀਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਪਹਿਲਾਂ ਤੁਹਾਨੂੰ ਬਾਹਰੋਂ ਦਿਖਾ ਦੇਵਾਂ ਦਰਸ਼ਨੀ ਡਿਉੜੀ ਹੈਗੀ ਹੈ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੀ ਅਤੇ ਸੰਗਤਾਂ ਆ ਰਹੀਆਂ ਨੇ ਦਰਸ਼ਨ ਦੀਦਾਰੇ ਕਰ ਰਹੀਆਂ ਨੇ ਅਤੇ ਬਹੁਤ ਹੀ ਛੋਟਾ ਜਿਹਾ ਹਾਲ ਹੈਗਾ ਇੱਥੇ ਗੁਰੂ ਨਾਨਕ ਦੇਵ ਜੀ ਇੱਥੇ ਚੋਲਾ ਸਾਹਿਬ ਪਿਆ ਹੋਇਆ ਅਤੇ ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਾਂਗੇ ਆਪਣੇ ਪ੍ਰਚਾਰਕ ਵੀ ਇੱਥੇ ਆਏ ਹੋਏ ਆ ਕਿਉਂਕਿ ਚੋਲਾ ਸਾਹਿਬ ਦਾ ਮੇਲਾ ਚੱਲਣ ਕਰਕੇ ਇੱਥੇ ਪ੍ਰਚਾਰਕ ਵੀ ਆਏ ਹੋਏ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਅਤੇ ਉਹਨਾਂ ਨੂੰ ਇਤਿਹਾਸ ਸਰਵਣ ਕਰਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਨਮਸਕਾਰ ਕਰਕੇ ਫਿਰ ਆਪਾਂ ਚੋਲੇ ਦੇ ਦਰਸ਼ਨ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਜੀ ਦੇ ਦੋਸਤੋ ਤੁਸੀਂ ਦਰਸ਼ਨ ਕਰਨ ਜਾ ਰਹੇ ਹੈਗੇ ਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 520 ਸਾਲ ਪੁਰਾਣਾ ਚੋਲਾ ਹੈਗਾ ਚੋਲਾ ਸਾਹਿਬ ਸ਼੍ਰੀ ਚੋਲਾ ਸਾਹਿਬ ਦੇਖ ਸਕਦੇ ਤੁਸੀਂ ਦਰਸ਼ਨ ਕਰ ਰਹੇ ਹੈਗੇ ਤੁਸੀਂ ਇਹਨਾਂ ਦੇ ਅਤੇ ਆਹ ਜੇ ਸਭ ਤੋਂ ਪਹਿਲਾਂ ਸਾਨੂੰ ਦਿਖ ਰਹੇ ਹੈਗੇ ਆ ਸਾਨੂੰ ਦਿਖਾਈ ਦੇ ਰਹੇ ਹੈਗੇ ਆ ਦੋ ਰੁਮਾਲ ਹੈਗੇ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤੇ ਸੀ ਉਹਨਾਂ ਦੇ ਵਿਆਹ ਦੇ ਸਮੇਂ ਹੱਥੀਂ ਕੱਢੇ ਹੋਏ ਹੈ ਕਢਾਈ ਇਹਨਾਂ ਦੀ ਕਢਾਈ ਜੋ ਕਿੰਨੀ ਸੋਹਣੀ ਕੱਢੀ ਹੋਈ ਹੈਗੀ ਆ ਅਤੇ ਉਹ ਉੱਪਰ ਦੇਖੋ ਚੋਲਾ ਸੀ ਚੋਲਾ ਸਾਹਿਬ ਦੇਖ ਸਕਦੇ ਤੁਸੀਂ ਇਹਨਾਂ ਦੇ ਉੱਪਰ 4 ਭਾਸ਼ਾਵਾਂ ਲਿਖੀਆਂ ਗਈਆਂ ਹੈਗੀਆਂ ਆ ਉਰਦੂ ਫਾਰਸੀ ਅਰਬੀ ਅਤੇ ਕੁਰਾਨ ਇਹਦੀਆਂ ਜਿਹੜੀਆਂ 30 ਆਇਤਾਂ ਵਿੱਚ ਲਿਖਿਆ ਹੋਇਆ ਹੈਗਾ ਆਹ ਤੁਸੀਂ ਦਰਸ਼ਨ ਕਰ ਰਹੇ ਹੈਗੇ ਅਤੇ ਉੱਪਰ ਬਾਹਾਂ ਬਣੀਆਂ ਗਲਮਾ ਬਣਿਆ ਹੋਇਆ ਹੈਗਾ ਅਤੇ ਨਾਲ ਤੁਹਾਨੂੰ ਸਭ ਤੋਂ ਨਾਲ ਤੁਸੀਂ ਦੇਖ ਸਕਦੇ ਹੈਗੇ ਹੋ ਨਾਲ ਹੀ ਚੋਰ ਸਾਹਿਬ ਇੱਥੇ ਨਾਲ ਹੀ ਪਿਆ ਹੋਇਆ ਹੈਗਾ ਬਿਲਕੁਲ ਹੀ ਆਪਾਂ ਜਦੋਂ ਦੇਖਦੇ ਹੈਗੇ ਅਤੇ ਆਪਣੇ ਸੱਜੇ ਹੱਥ ਚੋਰ ਸਾਹਿਬ ਛੋਟਾ ਜਿਹਾ ਪਿਆ ਹੋਇਆ ਹੈਗਾ ਅਤੇ ਸਭ ਕੁਛ ਇਹ ਸਾਨੂੰ ਨਾਲ ਹੀ ਪ੍ਰਾਪਤ ਹੋਇਆ ਹੈਗਾ ਅਸੀਂ ਦੇਖ ਸਕੋ ਕਿੰਨੀ ਸਾਂਭ ਸੰਭਾਲ ਹੈਗੀ ਆ ਤੁਸੀਂ ਰੁਮਾਲਾਂ ਵੱਲ ਦੇਖ ਸਕਦੇ ਮੈਂ ਰੁਮਾਲ ਤੋਂ ਦੁਬਾਰਾ ਕੈਮਰਾ ਮਾਰਦੀ ਹੈਗੀ ਹਾਂ ਅਤੇ ਰੁਮਾਲ ਕਿੰਨੇ ਸੋਹਣੇ ਕੱਢੇ ਹੋਏ ਹੈਗੇ ਇੱਥੋਂ ਪਤਾ ਲੱਗਦਾ ਕਿ ਬੇਬੇ ਨਾਨਕੀ ਜੀ ਆਪਣੇ ਪਿਆਰੇ ਵੀਰ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਹੈਗੇ ਸੀਗੇ ਆਖਰ ਰੱਬ ਸੀਗੀ ਉਹਨਾਂ ਦੇ ਘਰ ਉਹਨਾਂ ਨੂੰ ਪਛਾਣ ਹੋ ਗਈ ਸੀ ਕਿ ਇਹ ਮੇਰਾ ਰੱਬ ਮੇਰਾ ਜਿਹੜਾ ਵੀਰ ਹੈ ਇਹ ਰੱਬ ਹੈ ਅਤੇ ਆਹ ਦੇਖ ਸਕਦੇ ਤੁਸੀਂ ਜਿਹੜੇ ਆਹ ਪਿੱਛੇ ਦੇ ਸਾਈਡ 'ਤੇ ਬਿਲਕੁਲ ਨਾਲ ਹੀ ਦੋ ਵੱਡੇ ਰੁਮਾਲੇ ਸਾਹਿਬ ਹੈਗੇ ਆ ਅਤੇ ਇਹ ਜਦੋਂ ਭੇਂਟ ਕੀਤੇ ਸੀਗੇ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਆਪਣੇ ਸ਼ੇਰੇ ਪੰਜਾਬ ਹੈਗੇ ਸੀਗੇ ਜਿਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਜਿਹੜੇ ਜਥੇਬੰਦੀ ਦੇ ਸਰਦਾਰ ਹੈਗੇ ਸੀਗੇ ਹਰੀ ਸਿੰਘ ਨਲੂਆ ਅਤੇ ਉਹ ਜਦੋਂ ਦਰਸ਼ਨ ਕਰਨ ਵਾਸਤੇ ਆਏ ਚੋਲਾ ਸਾਹਿਬ ਜੀ ਦੇ ਅਤੇ ਉਹਨਾਂ ਨੇ ਜਿਹੜੇ 4 ਰੁਮਾਲੇ ਸੀਗੇ ਉਹਨਾਂ ਨੂੰ ਭੇਂਟ ਕੀਤੇ ਹੈਗੇ ਸੀਗੇ ਇੱਥੇ ਮਤਲਬ ਕਿ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਜਦੋਂ ਆਏ ਚੋਲਾ ਸਾਹਿਬ ਅਤੇ ਉਹਨਾਂ ਨੇ ਦਰਸ਼ਨ ਤੋਂ ਨਿਹਾਲ ਹੋ ਕੇ ਇੱਥੇ ਭੇਂਟ ਕੀਤੇ ਹੋਏ ਸੀ ਜਿਹੜੀ ਸਾਂਭ ਸੰਭਾਲ ਹਜੇ ਵੀ ਕੀਤੀ ਜਾ ਰਹੀ ਹੈਗੀ ਆ ਦੋਸਤੋ ਦੇਖ ਸਕਦੇ ਤੁਸੀਂ ਕਿੰਨਾ ਸ਼ਾਂਤੀ ਮਿਲਦੀ ਹੈਗੀ ਆ ਦੇਖ ਕੇ ਦਰਸ਼ਨ ਕਰਕੇ ਨਾਲੇ ਧੰਨ ਹੈ ਦੇਖਦੇ ਲਿਖਿਆ ਵੀ ਹੋਇਆ ਇੱਥੇ ਹਰੀ ਸਿੰਘ ਨਲੂਆ ਜੀ ਨੇ ਇਹਨਾਂ ਨੇ ਭੇਂਟ ਕੀਤਾ ਹੈਗਾ ਸੀਗਾ ਅਤੇ ਕੋਟ ਕੋਟ ਪ੍ਰਣਾਮ ਕਰਦੇ ਹੈਗੇ ਆਪਾਂ ਇਹਨਾਂ ਨੂੰ ਹਾਂਜੀ ਦੋਸਤੋ ਅਸੀਂ ਸਾਰਿਆਂ ਨੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦਰਸ਼ਨ ਕਰ ਲਏ ਹੋਏ ਅਤੇ ਨਾਲ ਆਪਾਂ ਤੁਹਾਨੂੰ ਵੀ ਕਰਵਾ ਦਿੱਤੇ ਹੋਏ ਆ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਇਤਿਹਾਸ ਵੀ ਦੱਸ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਬਸਤਰਾਂ ਦੇ ਦਰਸ਼ਨ ਵੀ ਆਪਾਂ ਕਰਵਾ ਦਿੱਤੇ ਆਪਾਂ ਖੁਦ ਵੀ ਕਰ ਲਏ ਆ ਤੋ ਦੋਸਤੋ ਸਾਡੇ ਵੱਲੋਂ ਉਹੀ ਸੁਨੇਹਾ ਤੁਹਾਨੂੰ ਸਾਰਿਆਂ ਨੂੰ ਘਰ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲਿਆ ਕਰੋ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਦੋਸਤੋ ਕੂੜਾ ਤੇ ਕੂੜਾ ਜਿਹੜਾ ਸਾਂਭ ਕੇ ਰੱਖੋ ਹੈਗਾ ਤੇ ਨਸ਼ਿਆਂ ਨੂੰ ਤਿਆਗੋ ਸਾਡਾ ਨਾਲ ਇਹ ਵੀ ਸੰਦੇਸ਼ ਹੈਗਾ ਸਾਰਿਆਂ ਨੂੰ ਅਤੇ ਤੁਹਾਨੂੰ ਇਹ ਸਾਰੇ ਕਹਿੰਦੇ ਕਿ ਨਸ਼ਿਆਂ ਨੂੰ ਛੱਡ ਕੇ ਅਤੇ ਪੰਜਾਬ ਨੂੰ ਜਿਹੜਾ ਹੈਗਾ ਅੱਗੇ ਵਧਾਓ ਜਿਹੜਾ ਪੰਜਾਬ ਹੈਗਾ ਅੱਗੇ ਜਿੱਦਾਂ ਆਪਣਾ ਪੰਜਾਬ ਨੂੰ ਸਾਂਭ ਕੇ ਰੱਖੀਏ ਅਸੀਂ ਜਿਹੜਾ ਹੀਰਿਆਂ ਵਰਗਾ ਪੰਜਾਬ ਹੈਗਾ ਜਿਹੜਾ ਅਸੀਂ ਅਤੇ ਅਸੀਂ ਉਹਨੂੰ ਪੰਜਾਬ ਨੂੰ ਸਾਂਭ ਕੇ ਰੱਖੀਏ ਅਤੇ ਦੋਸਤ ਸਾਡੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਨ ਜਾ ਰਹੇ ਹੈਗੇ ਅਤੇ ਅਗਲੀ ਵੀਡੀਓ ਜਿਹੜੀ ਸਾਡੀਆਂ ਆਉਣਗੀਆਂ ਉਹ ਵੀ ਡੇਰਾ ਨਾਨਕ ਦੇਵ ਹੀ ਹੋਣਗੀਆਂ ਅਤੇ ਸਾਡੇ ਨਾਲ ਬਣੇ ਰਹਿਣਾ ਇਸ ਸੀਰੀਅਸ ਦੇ ਵਿੱਚ ਸੀਰੀਅਲ ਜਿਹੜੀ ਸਾਡੀ ਚੱਲਦੀ ਪਈ ਹੈਗੀ ਆ ਪੰਜਾਬ ਦਾ ਟ੍ਰਿਪ ਚੱਲਦਾ ਪਿਆ ਬਣੇ ਰਹਿਣਾ ਸਾਡੇ ਨਾਲ ਵੀਡੀਓ ਚੰਗੀ ਲੱਗੀ ਹੈਗੀ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ